ਪੰਜਾਬ ਦੇ ਨੌਜਵਾਨੀ ਬਿਆਨ ਤੇ ਪੁੱਛੜਨੇ ਕੋਕੋ ਕੇ ਮਾਰੀਆ ਸਾਡਾ ਮੇਰਾ ਖੁਦ ਬ੍ਰਦਰ ਮਾਸੀ ਦਾ ਬੇਟਾ 14 ਸਾਲਾ ਦਾ ਸੀ ਗਿੱਲ ਚੌਂਕ ਤੋਂ ਚੱਕਿਆ ਸਕੂਟਰਾਂ ਦਾ ਕੰਮ ਸਿੱਖਦਾ ਸੀ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਵੀ ਹੈ ਜਾਂ ਨਹੀਂ ਕੋਈ ਉਹਦੀ ਡੈੱਡ ਬੋਡੀ ਨਹੀਂ ਸਾਨੂੰ ਮਿਲੀ ਕੋਈ ਅਸੀਂ ਉਹਦਾ ਪੋਗ ਤੱਕ ਨਹੀਂ ਪਵਾ ਸਕੀ ਕੀ ਨਾਮ ਸੀ ਜੀ ਮੁਖਤਿਆਰ ਸਿੰਘ ਸੀ ਜੀ 14 ਸਾਲ ਉਮਰ ਸੀ ਉਹਦੀ ਉਸ ਟਾਈਮ ਤੇ ਜਿਹੜੇ ਰਵਨੀਤ ਬਿੱਟੂ ਕਿਲ ਕਿਲ ਕੇ ਬੋਲਦਾ ਏ ਵੀ ਇਹ ਕਾਤਲਾ ਇਹ ਆ ਬੇਬਾਰ ਨਹੀਂ ਹੋਣੇ ਚਾਹੀਦੇ ਉਹਨੇ ਹਜ਼ਾਰਾਂ ਨੌਜਵਾਨ ਬੇਕਸੂਰੇ ਮਾਰੇ ਚਲੋ ਜਿਹੜੇ ਸੰਘਰਸ਼ ਵਿੱਚ ਲੜਦੇ ਸੀ ਉਹਨਾਂ ਦੀ ਸਰਕਾਰ ਨਾਲ ਲੜਾਈ ਸੀ ਜਿਹੜੇ ਬੇਦੋਸ਼ੇ ਮਾਰੇ ਉਹਨਾਂ ਦਾ ਹਿਸਾਬ ਕਿੱਥੋਂ ਦਊਗਾ ਇਹ ਜਿਹੜੇ ਬੋਲਦੇ ਜੀ ਨਾ ਪਰਿਵਾਰਾਂ ਦਾ ਅੱਜ ਤੱਕ ਪਰਿਵਾਰ ਉਡੀਕ ਦੇ ਕੇ ਸਾਡੇ ਬੱਚੇ ਘਰ ਆਉਣਗੇ ਸਾਡੇ ਪਰਿਵਾਰ ਨਾਲ ਖੁਦ ਨਾਲ ਬੀਤੀ ਆ ਸਾਨੂੰ ਬਦ ਸਾਨੂੰ ਪੁੱਛ ਕੇ ਦੇਖੋ ਜਦੋਂ ਬੋਲਦੇ ਆ ਬੜਾ ਮਨ ਦੁਖਦਾ ਏ ਵੀ ਉਹਨੇ ਦੇਖੋ ਇੱਕ ਜੇ ਇਹ ਉਸ ਟਾਈਮ ਨਾ ਕਰਦੇ ਬਿਆਨ ਤੇ ਬੁਚੜ ਦਾ ਸੋਦਾ ਨਾ ਲਾਉਂਦੇ ਪਤਾ ਨਹੀਂ ਅੱਜ ਕਿੰਨੇ ਕੇ ਪਰਿਵਾਰ ਹੋਰ ਖਾਲੀ ਹੋਣੇ ਸੀ ਕਈ ਪਿੰਡਾਂ ਦਾ 20-20 ਸਾਲ ਜੰਨਾ ਨਹੀਂ ਛੜੀਆਂ ਹੈਗੀਆਂ ਉਹਨਾਂ ਪਰਿਵਾਰਾਂ ਦਾ ਤਾਂ ਹਾਲ ਦੇਖੋ ਕਦੇ ਇਹ ਸਾਡੇ ਲਈ ਜ਼ਰੂਰੀ ਹੋ ਗਿਆ ਸੀ ਵੀ ਜੇ ਨਹੀਂ ਹੁਣ ਤਾਂ ਆਪਾਂ ਦੇਖਦੇ ਵੀ ਬਿਆਨ ਸਿੰਘ ਖਾਲੜਾ ਖੁਦ ਆਪ ਲਾਸ਼ ਬਣ ਕੇ ਰਹਿ ਗਏ ਉਹ ਵੀ ਅਣਪਛਾਤੀ ਲਾਸ਼ ਬਣ ਕੇ ਰਹਿ ਗਏ ਜਿਨ੍ਹਾਂ ਨੇ ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਚੱਕਿਆ ਏ ਤੇ ਇਹ ਕਿੱਡਾ ਜ਼ੁਲਮ ਹੋ ਰਿਹਾ ਸੀ ਕਿ ਮਤਲਬ ਅਸੀਂ ਇਹ ਸੁਣਦਾ ਹੀ ਕਈ ਵਾਰੀ ਵੀ 30 ਕ ਸਾਲ ਪਿੱਛੇ ਪੈ ਗਿਆ ਸਰਕਾਰਾਂ ਦੀ ਜਿਹੜੀ ਨੀਤੀ ਸੀ ਨਾ ਵੀ ਅਸੀਂ ਘੱਟ ਗਿਣਦਿਆਂ ਨੂੰ ਦਬਾਉਣਾ ਕਿਵੇਂ ਸਿੱਖਾਂ ਨੂੰ ਖਤਮ ਕਰਨਾ ਹੈ ਪਰ ਸਿੱਖ ਖਤਮ ਹੋਣ ਵਾਲੇ ਨਹੀਂ ਆ ਜਿਹੜਾ ਖਾਲਸਾ ਇਹ ਅਕਾਲ ਪੁਰਖ ਦੀ ਫੌਜ ਆ ਅਗ ਮਾਰਗਾ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਪਰਮਾਤਮ ਕੀ ਮੋਜ ਇਹ ਅਕਾਲ ਪੁਰਖ ਨੇ ਆਪਣੀ ਮੋਜ ਨਾਲ ਪੈਦਾ ਕਰਿਆ ਖਾਲਸਾ ਇਹਨੂੰ ਕੋਈ ਜੰਮਿਆ ਹੀ ਨਹੀਂ ਬਕਾਉਣ ਵਾਲਾ ਜਿਹੜੇ ਮਕਾਉਣ ਵਾਲੇ ਖੁਦ ਜੰਮ ਗਏ ਦੇਖੋ ਕਿੱਥੇ ਇੰਦਰਾ ਚਲੇਗੀ ਕਿੱਥੇ ਬਿਆੰਤੇ 부ਚੜ ਵਰਗੇ ਗਏ ਖਾਲਸੇ ਨੂੰ ਕੋਈ ਮਕਾਉਣ ਵਾਲਾ ਜਿਹੜੇ ਭਲੇਖੇ ਆ ਨਾ ਸਾਡਾ ਇਤਿਹਾਸ ਪੜ ਲੈਣਾ ਤੇ ਉਹ ਭਲੇਖੇ ਕੱਢ ਦੇਣ ਇਹ ਅੱਛ ਮਤਾ ਜੀ ਤੁਹਾਡੇ ਜੀਜਾ ਜੀ ਲੱਗਦੇ ਸੀ ਕੌਮਦੌ ਮਹਾਨ ਸੂਰਬੀਰ ਯੋਧਾ ਜੀ ਨੇ ਐਸੇ ਐਸੇ ਖੜਕੂ ਐਕਸ਼ਨ ਕੀਤੇ ਕਿ ਅੱਜ ਤੱਕ ਮਸਾਲਾ ਉਹਨਾਂ ਦੇ ਐਕਸ਼ਨਾਂ ਦੀਆਂ ਦਿੱਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਹੋਰ ਪਰਿਵਾਰ ਦੇ ਵਿੱਚ ਸ਼ਹਾਦਤ ਦੀ ਦਾਤ ਗੁਰੂ ਸਾਹਿਬ ਨੇ ਕਿਨਾ ਕਿਨਿਆਂ ਨੂੰ ਬਖਸ਼ ਕੀਤੀ ਤੇ ਇੱਕ ਮੇ ਤੋਂ ਮੇਰਾ ਵੱਡਾ ਭਰਾ ਸੀ ਜਸਵੀਰ ਸਿੰਘ ਉਹਦੀ ਉਸ ਟਾਈਮ ਉਮਰ ਉਸ ਟਾਈਮ 17 ਸਾਲ ਸੀ ਤੇ ਉਹ ਸ਼ਹੀਦ ਹੋ ਗਿਆ ਸੀ ਹਾਂਜੀ ਸਗਾ ਭਰਾ ਮੇ ਤੋਂ ਵੱਡਾ ਸੀ ਤੇ ਇੱਕ ਭੈਣ ਸੀ ਮਨਜੀਤ ਕੌਰ ਉਹ ਮੁਕਾਬਲਾ ਹੋ ਗਿਆ ਸੀ ਪੁਲਿਸ ਨਾਲ ਸ਼ਹੀਦ ਹੋ ਗਈ ਸੀ ਤੇ ਉਹਨਾਂ ਦਾ ਬੱਚਾ ਹੋਣ ਵਾਲਾ ਸੀ ਉਸ ਟਾਈਮ 8 ਮਹੀਨੇ ਦਾ ਸੀ ਉਹਨਾਂ ਦੇ ਪੇਟ ਵਿੱਚ ਸਾਡੇ ਪਰਿਵਾਰ ਦੇ 5 ਮੈਂਬਰ ਸ਼ਹੀਦ ਹੋਏ ਆਇਆ ਮੁਖਤਿਆਰ ਸਿੰਘ ਤੇ ਭਾਜੀ ਰਮਿੰਦਰਜੀਤ ਸਿੰਘ ਟੈਣੀ ਪੰਜ ਮੈਂਬਰ ਸ਼ਹੀਦ ਹੋਏ ਚਲੋ ਗੁਰੂ ਸਾਹਿਬ ਦੀ ਕਿਰਪਾ ਇਹ ਸ਼ਹੀਦियां ਦੀ ਦਾਤ ਮਿਲੀ ਅਸੀਂ ਵੀ ਇਹ ਸਾਨੂੰ ਵੀ ਮਾਣ ਹੁੰਦਾ ਅੱਜ ਸ਼ਹੀਦਾਂ ਦਾ ਪਰਿਵਾਰ ਕਹੋਂ ਲਈ ਸੰਗਤ ਸਤਿਕਾਰ ਕਰ ਦਿੰਦੀ ਆ ਤੇ ਹੁਣ ਦੇ ਸੰਘਰਸ਼ ਨੂੰ ਕੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਸਿੱਖ ਸੰਗਤ ਦੇ ਵੱਲੋਂ ਆਰ ਪਾਰ ਦੀ ਲੜਾਈ ਜਿਹੜੀ ਆ ਲੜਨ ਦਾ ਐਲਾਨ ਕਰ ਦਿੱਤਾ ਗਿਆ ਉਸ ਸਮੇਂ ਹਾਲਾਂਕਿ ਨੌਜਵਾਨਾਂ ਦੇ ਵੱਲੋਂ ਹਥਿਆਰਬੰਦ ਸੰਘਰਸ਼ ਲੜਿਆ ਜਾਂਦਾ ਕਿਹਾ ਜਾਂਦਾ ਕਿ ਉਸ ਸਮੇਂ ਦੀ ਮੰਗ ਸੀ ਅੱਜ ਦੇ ਸਮੇਂ ਦੇ ਵਿੱਚ ਸ਼ਾਂਤਮਈ ਸੰਘਰਸ਼ ਮੰਗਾ ਪਰ ਸਿੱਖ ਸੰਗਤ ਸ਼ਾਂਤਮਈ ਸੰਘਰਸ਼ ਨੂੰ ਵੀ ਤਿਆਰ ਪਰ ਤਿਆਰ ਬਿਲਕੁਲ ਜੀ ਜੇ ਅਸੀਂ ਇਹ ਸੰਘਰਸ਼ ਨਾ ਲੜਿਆ ਸੀ ਬੰਦੀ ਸਿੰਘ ਨਾ ਰਹਾ ਕਰਾਏ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦਬੀਆਂ ਨੇ ਇਨਸਾਫ ਨਾ ਲਿਆ ਸਾਡੇ ਲਈ ਆਉਣ ਵਾਲਾ ਸਮਾਂ ਬੜਾ ਭਿਆਨਕ ਆਵੇਗਾ ਕਿਉਂਕਿ ਜਿਹੜੀਆਂ ਕੌਮਾਂ ਲੜਦੀਆਂ ਰਹਿੰਦੀਆਂ ਸਦਾ ਹੀ ਉਹ ਜਿਉਂਦੀਆਂ ਸੰਸਾਰ ਤੇ ਇਸ ਇਹ ਕੌਮਾਂ ਨੂੰ ਲੜਨਾ ਪੈਂਦਾ ਮਰਨਾ ਪੈਂਦਾ ਹੈ ਤੇ ਇਹ ਸਿੱਖ ਤਾਂ ਪੰਜਾਬ ਦੇ ਜੰਮੇ ਆ ਜਿਹੜੇ ਇਹਨਾਂ ਨੂੰ ਤਾਂ ਨੇਤ ਮਹਿਮਾ ਰਹਿੰਦੀਆਂ ਐ ਵੀ ਦੇਖੋ ਸਾਡੇ ਆਏ ਦਿਨ ਸਾਡੇ ਸ਼ਹੀਦੀਆਂ ਹੁੰਦੀਆਂ ਐ ਆਪਣੇ ਸਿੱਖ ਕੌਮ ਵਿੱਚ ਇਹ ਸੰਘਰਸ਼ ਸਾਡੇ ਲਈ ਬਹੁਤ ਜ਼ਰੂਰੀ ਆ ਆਉਣ ਵਾਲੇ ਬੱਚੇ ਪਤਾ ਲੱਗਣ ਵੀ ਅਸੀਂ ਕਾਨੂੰ ਕੋਈ ਸਰਕਾਰਾਂ ਕਿਵੇਂ ਘਟ ਗਣਤਿਆਂ ਨੂੰ ਦਬਾਉਂਦੀਆਂ ਆਏ ਤੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕਿਸ ਵਿਰਸੇ ਦੇ ਮਾਲਕ ਆ ਵੀ ਅਸੀਂ ਆਪਣੀ ਹੋਂਦ ਲਈ ਲੜਨਾ ਹੈ ਆਪਣੀ ਰਾਖੀ ਆਪ ਕਰ ਸਕਦੇ ਆ ਜ਼ਰੂਰੀ ਆ ਸਾਡੇ ਆਉਣ ਵਾਲੇ ਮਤਲਬ ਪਨੀਰੀ ਜੜੀ ਉਹਦੇ ਲਈ ਸ਼ੰਗਾਰ ਸ੍ਰੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਜਿੱਤਾਂਗੇ ਉਸਾਰੀ ਸਿੱਖ ਕੌਮ ਇਕੱਠੀ ਹੋ ਰਹੀ ਹੈ ਜਦੋਂ ਇੱਕ ਨਿਸ਼ਾਨ ਸਾਹਿਬ ਹੇਠ ساری ਕੌਮ ਇਕੱਠੀ ਹੋ ਗਈ ਤਾਂ ਨੇਚਰਲ ਆ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਾਂ ਦੇਖੋ ਜਿਹੜੇ ਬਖਰੇਵੇਂ ਸੀ ਅੱਜ ਸਾਰੇ ਛੱਡ ਕੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਆਏ ਸਿੱਖ ਕੌਮ ਲਈ ਗਾਲੋ ਇੱਕ ਵੀ ਬਹੁਤ ਵਧੀਆ ਸਮਾਂ ਆ ਰਿਹਾ ਹੈ ਜਿਹੜਾ ਅਸੀਂ ਇਹ ਸੰਘਰਸ਼ ਲੜਿਆਰ ਪਰ ਦੀ ਲੜਾਈ ਜਿੰਨਾ ਚਿਰ ਸਾਡੇ ਬਦਨੀ ਸਿੰਘ ਨਹੀਂ ਰਹਾ ਹੁੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਦਾ ਇਨਸਾਫ ਨਹੀਂ ਮਿਲਦਾ ਉਹਨਾਂ ਸਿਰ ਚ ਸੰਘਰਸ਼ੇ ਲੜਦੇ ਰਹਿਣਾ ਹੈ ਮਰ ਜਾਵਾਂਗੇ ਪਰ ਇਹ ਪਿੱਛੇ ਨਹੀਂ ਹਟਦੇ